ਕਿਕਰ ਲॉज ਇੱਕ ਐਡਵੈਂਚਰ ਐਂਡ ਫੋਰੈਸਟ ਰਿਜ਼ੋਰਟ ਹੈ ਜੀ ਜੀ ਆਪਣੇ ਕੋਲ 1800 ਏਕੜ ਦੀ ਜ਼ਮੀਨਾਂ ਵਾਲੇ ਦੁਆਲੇ ਕਿ ਅਗਰ ਅਸੀਂ ਚੁੱਪ ਕਰ ਜਾਈਏ 2 ਮਿੰਟ ਲਈ ਤਾਂ ਸਾਨੂੰ ਬਰਡਸ ਦੇ ਸਵਾਏ ਹਵਾ ਦੇ ਸਵਾਏ ਕੁਝ ਨਹੀਂ ਸੁਣਨਾ ਉੱਥੇ ਜੀ ਕਿਉਂਕਿ ਕੋਈ ਗੱਡੀ ਨਹੀਂ ਆਣੀ ਕੋਈ ਪੋਲੂਸ਼ਨ ਨਹੀਂ ਹੋਣਾ ਬਹੁਤ ਸਾਰੇ ਐਨੀਮਲਸ ਬਹੁਤ ਸਾਰੇ ਬਰਡਸ ਆਪਣੇ ਕੋਲ ਹੈਗੇ ਨੇ ਉਰੇ ਫੋਰੈਸਟ ਦੇ ਵਿੱਚ ਆਪਣੇ ਕੋਲ ਲੈਪਰਡ ਹੈਗੇ ਡੀਅਰ ਹੈਗੇ 6 ਤਰ੍ਹਾਂ ਦੀ ਵੈਰਾਈਟੀ ਡੀਅਰ ਦੀ ਹੈ ਜੀ ਸਾੰਬਰ ਹੈਗੇ ਪੌਕੂਪਾਈਨਸ ਹੈਗੇ ਜੀ ਬੈਂਗੂਲਨ ਹੈਗੇ ਕਾਉਥਿਸ ਸਟੇਸ਼ੀਆ ਦੀ ਸਭ ਤੋਂ ਵੱਡੀ ਜ਼ਿਪਲਾਈਨ ਸਾਡੇ ਕੋਲ ਹੈਗੀ ਹੈ। ਹੱਸੀ ਗਾਲ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਵਧੀਆ ਜਾਣਕਾਰੀ ਭਰਪੂਰ ਤੇ ਖਾਸ ਕਰਕੇ ਜਿਹੜੇ ਟੂਰਿਸਟ ਜਾਂ ਟੂਰਿਜ਼ਮ ਦਾ ਕਿਉਂਕਿ ਜੂਨ ਦਾ ਮਹੀਨਾ ਚੱਲ ਪਿਆ ਸਭ ਨੂੰ ਛੁੱਟੀਆਂ ਨੇ ਬੱਚਿਆਂ ਨੂੰ ਤੇ ਹਰ ਕੋਈ ਹਿਮਾਚਲ ਵੱਲ ਤੇ ਪਹਾੜਾਂ ਵੱਲ ਜਾ ਰਿਹਾ ਮੂਵ ਕਰ ਰਿਹਾ ਵੀ ਦੋ ਦਿਨ ਚਾਰ ਦਿਨ ਠੰਡ ਮਾਰ ਕੇ ਆਈਏ। ਪਰ ਉਹਦੇ ਨਾਲ ਜੇ ਆਪਾਂ ਇੱਕ ਚੀਜ਼ ਦੇਖੀ ਨਾ ਪੰਜਾਬ ਦੇ ਵਿੱਚ ਵੀ ਬਹੁਤ ਸੋਹਣੀਆਂ ਚੀਜ਼ਾਂ ਬਣੀ ਹੋਈਆਂ ਨੇ ਤੇ ਉਹ ਵੀ ਪਹਾੜਾਂ ਦੇ ਵਿੱਚੋਂ ਵਿੱਚ ਬਣੀਆਂ ਹੋਈਆਂ ਨੇ ਤੇ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਆ। ਆ ਤੁਸੀਂ ਦੇਖ ਸਕਦੇ ਹੋਦਾ ਕਿਕਰ ਲ ਤੇ ਇੱਥੇ ਪਹੁੰਚੇ ਆ ਤੇ ਸਾਰੀ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਆਪਣੇ ਨਾਮ ਤੇ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਆ ਜੀ ਜੀ ਅਸੀਂ ਪੰਜਾਬ ਦੇ ਸੈਂਟਰ 'ਚ ਹੈਗੇ ਆ ਜੀ ਅ ਆਪਣੇ ਕੋਲ ਅੰਮ੍ਰਿਤਸਰ ਇੱਥੋਂ 350 ਕਿਲੋ 350 ਘੰਟੇ ਲੱਗ ਜਾਂਦੇ ਆ ਜੀ ਲੁਧਿਆਣਾ ਜਲੰਧਰ 2 ਘੰਟੇ ਲੱਗ ਜਾਂਦੇ ਆ ਮੋਹਾਲੀ ਚੰਡੀਗੜ੍ਹ ਡੇਢ ਘੰਟੇ ਲੱਗ ਜਾਂਦਾ ਜੀ ਐਂਡ ਜਿਹੜਾ ਬੰਦਾ ਆ ਰਿਹਾ ਉਹ ਸਿੱਧਾ ਰੋਪੜ ਪਹੁੰਚੇ ਰੋਪੜ ਤੋਂ 28 28 ਕਿਲੋਮੀਟਰ ਤੇ ਅਸੀਂ ਕਿਕਰ ਲॉज 'ਚ ਬੈਠੇ ਆ ਠੀਕ ਹੈ ਜੀ ਸੋ ਕਿਕਰ ਲॉज ਇੱਕ ਐਡਵੈਂਚਰ ਐਂਡ ਫੋਰੈਸਟ ਰਿਜ਼ੋਰਟ ਹੈ ਜੀ ਜੀ ਆਪਣੇ ਕੋਲ 1800 ਏਕੜ ਦੀ ਜ਼ਮੀਨਾਂ ਵਾਲੇ ਦwale ਟੋਟਲ 1800 ਏਕੜ ਦੇ ਵਿੱਚ 1800 ਏਕੜ ਹੈ ਜੀ ਇਕੋ ਫ੍ਰੈਂਡਲੀ ਇਕੋ ਫ੍ਰੈਂਡਲੀ ਜੀ ਨੇਚਰ ਫ੍ਰੈਂਡਲੀ ਇਦੇ ਵਿੱਚ ਬਹੁਤ ਸਾਰੇ ਐਨੀਮਲਸ ਬਹੁਤ ਸਾਰੇ ਬਰਡਸ ਆਪਣੇ ਕੋਲ ਹੈਗੇ ਨੇ ਉਰੇ ਜੀ ਬਰਡਸ ਦੇ ਵਿੱਚ ਜਿਵੇਂ ਸਨ ਬਰਡ ਹੋ ਗਏ ਆਪਣੇ ਕੋਲ ਡਰੋਂਗੋਜ਼ ਹੋ ਗਏ ਆਪਣੇ ਕੋਲ ਮਾਈਗਰੇਟਰੀ ਬਰਡਸ ਹੋ ਗਏ ਬਹੁਤ ਸਾਰੇ ਜੀ ਗ੍ਰੇ ਇੰਡੀਅਨ ਹੌਰਨਬਿਲ ਹੋ ਗਿਆ ਆਪਣੇ ਕੋਲ ਬਲੂ ਵਿਸਲਿੰਗ थਰਸਟ ਹੋ ਗਿਆ ਠੀਕ ਹੈ ਜੀ ਐਨੀਮਲਸ ਵੀ ਬਹੁਤ ਤਰ੍ਹਾਂ ਦੇ ਨੇ ਆਪਣੇ ਕੋਲ ਫੋਰੈਸਟ ਦੇ ਵਿੱਚ ਆਪਣੇ ਕੋਲ ਲੈਪਰਡ ਹੈਗੇ ਡੀਅਰ ਹੈਗੇ ਛੇ ਤਰ੍ਹਾਂ ਦੀ ਵੈਰਾਈਟੀ ਡੀਅਰ ਦੀ ਹੈ ਜੀ ਸਾਂਬਰ ਹੈਗੇ ਆ ਪੌਕੂਪਾਇਨਸ ਹੈਗੇ ਆ ਜੀ ਬੈਂਗੂਲਨ ਹੈਗੇ ਆ ਜੀ ਸੋ ਤੁਸੀਂ ਆ ਲੈ ਕੇ ਚੱਲੋ ਕਿ ਤੁਸੀਂ ਪੰਜਾਬ ਦੇ ਵਿੱਚ ਅਸੀਂ ਫੋਰੈਸਟ ਸੋਚਦੇ ਰਹੀਏ ਐਡਾ ਵੱਡਾ ਹੈਗਾ ਠੀਕ ਹੈ ਲੇਕਿਨ ਅਸੀਂ ਕਿਕਰ ਲੋਜ ਦੇ ਵਿੱਚ ਐਡੇ ਵੱਡੇ ਫੋਰੈਸਟ ਦੇ ਨਾਲ ਬਿਲਕੁਲ ਬੈਠੇ ਆ ਅਸੀਂ ਠੀਕ ਆ ਸਰ ਤੇ ਸਰ ਕਰਾਈਏ ਫਿਰ ਦਰਸ਼ਨ ਆਓ ਜੀ ਆਓ ਵਰਸਕਾਂ ਨੂੰ ਦਿਖਾਈਏ ਤੇ ਸਰ ਜੇ ਗੱਲ ਕਰੀਏ ਟੋਟਲ ਰੂਮਸ ਕਿੰਨੇ ਨੇ تھے ਆਪਣੇ ਜਿਹੜੇ ਸਾਡੇ ਕੋਲ 42 ਰੂਮਸ 42 ਕਮਰੇ ਹੈਗੇ ਨੇ ਜੀ ਜਿਨ੍ਹਾਂ ਦੀ ਕੰਪੋਜੀਸ਼ਨ ਹੈ ਜੀ ਕਿ ਜਿਹੜੇ ਆਪਣੇ ਕੋਲ ਆ ਇੰਡੀਵਿਜੂਅਲ ਕਟੇਜਸ ਨੇ ਠੀਕ ਹੈ ਜੀ 10 ਟੈਂਟਸ ਨੇ ਠੀਕ ਹੈ ਜੀ ਪਲੱਸ ਆਪਣੇ ਕੋਲ ਆ ਪੂਲ 뷰 ਦੇ ਰੂਮਸ ਹੈਗੇ ਠੀਕ ਹੈ ਸਰ ਜਿਹੜੇ ਪੂਲ ਫੇਸਿੰਗ ਹੈ ਪੂਲ ਫੇਸਿੰਗ ਆ ਗਈ ਜੀ ਹਾਂ ਤੇ ਫਿਰ ਸਾਡੇ ਕੋਲ ਗਾਰਡਨ ਫੇਸਿੰਗ ਹੈ ਜੀ ਫਿਰ ਸਾਡੇ ਕੋਲ ਫੋਰੈਸਟ ਫੇਸਿੰਗ ਰੂਮਸ ਹੈ ਠੀਕ ਹੈ ਸਰ ਇਹਦੇ ਵਿੱਚ ਕੁਝ ਸੂਟਸ ਵੀ ਹੈਗੇ ਨੇ ਜੀ ਕੁਛ ਇੰਟਰ ਕਨੈਕਟਿੰਗ ਰੂਮਸ ਵੀ ਹੈਗੇ ਜਿਨ੍ਹਾਂ ਦੇ ਵਿੱਚ ਡੋਰ ਲੱਗਾ ਹੋਇਆ ਹੈ ਜਿਵੇਂ ਇੱਕ ਫੈਮਿਲੀ ਦੇ ਵਿੱਚ ਦੋ ਐਡਲਟਸ ਹੈ ਮਦਰ ਫਾਦਰ ਤੇ ਨਾਲ ਦੋ ਐਡਲਟ ਬੱਚੇ ਹੈ ਜੀ ਸੋ ਉਹਨਾਂ ਵਾਸਤੇ ਇੱਕ ਕਮਬਾਈਨਡ ਮਤਲਬ ਕੀ ਜੀ ਉਹ ਡੋਰ ਵਿੱਚੋਂ ਖੁੱਲ ਜਾਣਾ ਤੇ ਉਹਦੇ ਨਾਲ ਮਾਲਕ ਜੀ ਦਾ ਨਾਲ ਛੋਟਾ ਕਮਰ ਦੇ ਦੇ ਦਾਂਗੇ ਜੀ ਉਹਨਾਂ ਨੂੰ ਬਿਲਕੁਲ ਬਿਲਕੁਲ ਠੀਕ ਹੈ ਸਰ ਸੋ ਕਿਕਰ ਲਾਜਿਕ ਪੈਟ ਫ੍ਰੈਂਡਲੀ ਹੋਟਲ ਹੈਗਾ ਜੀ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਫੈਮਿਲੀਜ਼ ਪੈਟਸ ਨੂੰ ਆਪਣੇ ਬੱਚੇ ਵਾਂਗ ਸਮਝਦੇ ਨੇ ਠੀਕ ਹੈ ਜੀ ਸੋ ਨਾਲ ਆਪਣੇ ਡੌਗਸ ਆਪਣੇ ਕੈਟਸ ਇਹ ਲੈ ਕੇ ਆਉਂਦੇ ਨੇ ਹੈਮਸਟਰਸ ਲੈ ਕੇ ਆਉਂਦੇ ਨੇ ਜੀ ਸੋ ਦੋ ਸਾਰੀ ਰਿਸਪੌਂਸਿਬਿਲਟੀ ਉਹਨਾਂ ਦੀ ਉਹਨਾਂ ਨੂੰ ਮੈਨੇਜ ਕਰਨ ਦੀ ਉਹਦੇ ਕੁਝ ਟਰਮਸ ਐਂਡ ਕੰਡੀਸ਼ਨਸ ਨੇ ਬਟ ਯੈਸ ਬਹੁਤ سارے ਲੋਕ ਆਪਣੇ ਨਾਲ ਪੈਟਸ ਲੈ ਕੇ ਆਉਂਦੇ ਨੇ ਮਨ ਲੋਕਾਂ ਦਾ ਸਵਾਲ ਹੁੰਦਾ ਜੀ ਵੀ ਅਸੀਂ ਆਪਦੇ ਪੈਟਸ ਤੋਂ ਬਿਨਾ ਜਾਣਾ ਨਹੀਂ ਕਿਤੇ ਪਰ ਉਹ ਚੀਜ਼ ਫੈਸਿਲਿਟੀ ਆਪਣੇ ਕੋਲੇ ਅਵੇਲੇਬਲ ਹੈ ਜਿਵੇਂ ਆਪਾਂ ਦੇਖ ਸਕਦੇ ਹਾਂ ਹੁਣ ਕੋਈ ਫੈਮਿਲੀ ਆਈ ਹੈ ਤੇ ਬਹੁਤ ਵਧੀਆ ਲੱਗਿਆ ਜੀ ਇੱਕ ਮੈਂ ਇਧਰ ਇਹ ਦੇਖ ਰਿਹਾ ਜੀ ਇਹ ਕਿਹੜਾ ਪਾਮ ਟਰੀ ਆ ਗਿਆ ਜੀ ਇਹ ਇਹ ਜੀ ਆਪਣੇ ਪੇਟੀਕੋਟ ਪਾਮ ਹੈ ਇਹਦੇ ਵਿੱਚ ਦੋ ਦੋ ਸੌ ਬਰਡ ਦੀ ਨੈਸਟਿੰਗ ਹੋਣੀ ਹੈ ਹਰੇਕ ਪਾਮ ਟਰੀ ਦੇ ਅੰਦਰ ਅਗਰ ਤੁਸੀਂ ਦੇਖੋ ਤਾਂ ਗਰੂਪਸ ਬਣੇ ਹੋਏ ਆ ਹਰੇਕ ਗਰੂਪ ਦੇ ਅੰਦਰ ਨੈਸਟਿੰਗ ਹੈਗੀ ਬਰਡ ਦੀ ਠੀਕ ਹੈ ਜੀ ਐਂਡ ਦੈਨ ਫਿਰ ਇਧਰੋਂ ਤੁਸੀਂ ਥੋੜਾ ਜਿਹਾ ਐਂਗਲ ਚੇਂਜ ਕਰੋ ਉਹ ਸਾਡਾ ਕਿੱਕਰ ਟਰੀ ਹੈ ਜੀ ਠੀਕ ਹੈ ਜੀ ਕਿੱਕਰ ਦੇ ਪਹਿਲੇ ਆਪ ਕਿੱਕਰ ਬਾਈ ਫੋਰੈਸਟ ਹੁੰਦਾ ਸੀ ਅੱਛਾ ਕਿੱਕਰ ਦਾ ਫੋਰੈਸਟ ਸੀ ਹਾਂਜੀ ਹੁਣ ਸਾਡਾ ਉਹ ਲੋਗੋ ਦੇ ਉੱਤੇ ਕਿੱਕ ਟਰੀ ਹੈਗਾ ਜੀ ਉਹ ਜਿਹੜਾ ਸਭ ਤੋਂ ਉੱਪਰ ਟੌਪ ਤੇ ਹੈ ਜੀ ਐਂਡ ਬਹੁਤ ਸਾਰੇ ਲੋਕ ਜਿਹੜੇ ਇੰਟਰਸਟਿਡ ਨੇ ਨੇਚਰ ਦੇ ਨਾਲ ਕੋਰਿਲੇਟ ਕਰਨ ਨੂੰ ਫ੍ਰੈਂਡਲੀ ਹੋਣ ਨੂੰ ਜੀ ਉਹ ਸਵੇਰੇ ਸਵੇਰੇ ਵਾਕ ਕਰਕੇ ਉਸ ਟਰੀ ਤੱਕ ਜਾ ਸਕਦੇ ਨੇ ਉਹਦੀ ਟ੍ਰੇਲ ਬਣੀ ਹੋਈ ਹੈ ਨੈਚੁਰਲ ਟ੍ਰੇਲ ਬਣੀ ਨੈਚੁਰਲ ਟ੍ਰੇਲ ਹੈਗੀ ਹੈ ਜੀ ਮਤਲਬ ਠੀਕ ਹੈ ਸਰ ਤੇ ਅੱਗੇ ਸਾਰੀਆਂ ਐਕਟੀਵਿਟੀਜ਼ ਮਾਰਨਿੰਗ ਆਪਾਂ ਅਲੱਗ ਸ਼ਾਟ ਲਾਵਾਂਗੇ ਇੱਕ ਵਾਰ ਹਨਾ ਸਰ ਰੂਮ ਦਿਖਾ ਦਈਏ ਤੇ ਪੂਲ ਵਾਲਾ ਆਪਾਂ 뷰 ਦਿਖਾਵਾਂਗੇ ਜੀ ਤੇ ਦੋਸਤੋ ਜੇ ਤੁਸੀਂ ਫੈਮਿਲੀ ਨਾਲ ਨਾ ਕਿਤੇ ਵੀ ਟੂਰ ਬਣਾਉਣ ਦਾ ਸੋਚ ਰਹੇ ਹੋ ਤਾਂ ਇੱਕ ਵਾਰ ਇਹ ਵੀਡੀਓ ਦੇਖ ਕੇ ਇਧਰ ਆਉਣ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਇੱਕ ਤਾਂ ਆਪਣੀ ਟੂਰਿਜ਼ਮ ਨੂੰ ਅਪਲਿਫਟ ਕਰਾਂਗੇ ਇੱਕ ਪੰਜਾਬ ਦੇ ਵਿੱਚ ਵੀ ਇੰਨੇ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਤੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਮਲਬੀ ਮੈਨੂੰ ਤਾਂ ਆਕੇ ਲੱਗਦਾ ਵੀ ਪੰਜਾਬ ਦੇ ਵਿੱਚ ਨਹੀਂ ਹੈਗਾ ਕਿਤੇ ਹਿਮਾਚਲ ਜਾਂ ਉਤਰਾਖੰਡ ਦੇ ਏਰੀਆ 'ਚ ਆ ਗਏ ਆਪਾਂ ਤੁਹਾਨੂੰ ਇੱਕ ਰੂਮ ਇਹ ਇੰਟਰਕਨੈਕਟਿੰਗ ਰੂਮ ਹੈਗਾ ਠੀਕ ਹੈ ਜੀ ਇਹਦੇ ਵਿੱਚ ਫੈਮਿਲੀਜ਼ ਦੇ ਵਾਸਤੇ ਦੋ ਐਡਲਟ ਦੋ ਐਡਲਟ ਬੱਚੇ ਠੀਕ ਹੈ ਜੀ ਵਿਦ 올 ਫੈਸਿਲਿਟੀਆਂ ਚਾਹੇ ਮਿਨੀ ਬਾਰ ਹੈਗਾ ਜੀ ਆਹ ਮਿਨੀ ਬਾਰ ਹੋ ਗਿਆ ਜੀ ਪਲੱਸ ਟੀ ਕਾਫੀ ਮੇਕਰਸ ਹੋ ਗਏ ਠੀਕ ਹੈ ਜੀ ਪਲੱਸ ਸਾਡੇ ਕੋਲ ਵਾਸ਼ਰੂਮਸ ਆਰ ਵੈਰੀ ਲਵਿਸ਼ ਜੀ ਜਿਹਦੇ ਵਿੱਚ ਸਾਡੇ ਕੋਲ ਸਾਰੀ ਫੈਸਿਲਿਟੀਆਂ ਚਾਹੇ ਸੇਫ ਲੋਕਰਸ ਹੋਗੇ ਜੀ ਸਰ ਐਕਸਟਰਾ ਬਲੈਂਕਟਸ ਹੋਗੇ ਪਿਲੋਸ ਹੋਗੇ ਜੀ ਪਲਸ ਟੌਪਸ ਹੋਗੇ ਜੀ ਪਲਸ ਬਾਥਰੂਮਸ ਹੋਗੇ ਕਿਉਂਕਿ ਤਿੰਨ সুইমিং ਪੂਲ ਰਿਜ਼ੋਰਟ ਦੇ ਵਿੱਚ ਜੀ ਉਹਦੇ ਵਿੱਚ ਲੋਕਾਂ ਨੂੰ ਬਾਥਰੂਮ ਸਹੀ ਦੇ ਹੁੰਦੇ ਨੇ ਪਲਸ ਏਵਰੀ ਫੈਸਿਲਿਟੀ ਇਜ਼ देयर ਬਹੁਤ ਸਸਤੀ ਸਾਰੀ ਹੈਗੀ ਹੈ ਜੀ ਟੋਟਲ ਬੁਰੇ ਸਸਤੇ ਜੀ ਤੇ ਇਹ ਸਰ ਇੰਟਰਕਨੈਕਟਰ ਮਤਲਬ ਇੱਕ ਰੂਮ ਨਾਲ ਦੂਜਾ ਰੂਮ ਆਪਣਾ ਬਿਲਕੁਲ ਜੀ ਜੀ ਬਿਲਕੁਲ ਇਹਦੇ ਨਾਲ ਜਿਹੜਾ ਕਮਰਾ ਹੈ ਉਹ ਸੇਮ ਟੂ ਸੇਮ ਹੈ ਜੀ 100% ਸੇਮ ਹੈ ਜੀ ਇਹਦੇ ਵਿੱਚ ਦੋ ਐਡਲਟ ਉੱਥੇ ਬੱਚੇ ਹੋਗੇ ਇੱਕ ਫੈਮ ਇੱਕ ਕਪਲ ਹੋ ਗਿਆ ਇੱਥੇ ਠੀਕ ਹੈ ਜੀ ਪਲੱਸ ਇਹਨਾਂ ਦੇ ਵਿੱਚ ਸਾਡੇ ਕੋਲ ਪ੍ਰੈਸਿੰਗ ਵਾਸਤੇ ਆਇਰਨਿੰਗ ਵਾਸਤੇ ਹੈਗਾ ਠੀਕ ਹੈ ਜੀ ਬਾਸਟਾਪ ਦੋਨਾਂ ਚ ਹੀ ਆ ਗਿਆ ਜੀ ਦੋਨੇ ਰੂਮਾਂ ਵਿੱਚ ਦੋਨਾਂ ਦੇ ਬਾਸਟਾਪ ਆ ਗਏ ਸਰ ਕੀ ਬਾਤ ਹੈ ਜੀ ਮਤਲਬ ਬਹੁਤ ਵਧੀਆ ਸਪਾਈ ਖੁਸ਼ਬੂ ਵੀ ਪਤਾ ਲੱਗਦਾ ਹੈ थैंक यू जी थैंक यू ਤੇ ਅਗੇ ਫੋਰੈਸਟ 뷰 ਵਾਸਤੇ ਵੀ ਇਧਰ ਆਪਾਂ ਦਿੱਤੇ ਵੀ ਆਪਸ਼ਨ ਹੈ ਨਾ ਇਹ ਫੋਰੈਸਟ 뷰 ਵਾਸਤੇ ਦਿੱਤੇ ਜੀ ਤੇ ਬਹੁਤ ਸੋਹਣਾ ਲੱਗਿਆ ਜੀ ਤੇ ਕਾਫੀ ਮਿੱਤਰਾਂ ਦਾ ਇਹ ਵੀ ਹੁੰਦਾ ਨਾ ਜੀ ਜਦੋਂ ਦੋ ਫੈਮਿਲੀਆ ਇਕੱਠੀਆਂ ਆਉਂਦੀਆਂ ਜਾਂ ਮਾਪਿਆਂ ਨਾਲ ਆਉਂਦੇ ਨੇ ਤਾਂ ਉਹ ਲੱਗ ਨਹੀਂ ਰਹਿ ਸਕਦੇ ਤਾਂ ਉੱਥੇ ਵੀ ਇਹੋ ਚੀਜ਼ ਬਹੁਤ ਵਧੀਆ ਕੰਮ ਕਰਦੀ ਹੈ ਜੀ ਇਧਰ ਸਰ ਹੁਣ ਇਧਰੋਂ ਅਸੀਂ ਤੁਹਾਨੂੰ ਦੂਸਰੀ ਕੈਟਾਗਰੀ ਵੱਲ ਲੈ ਕੇ ਚਲਾਂਗੇ ਠੀਕ ਹੈ ਜੀ ਜਿਹਦਾ ਨਾਮ ਹੈ ਜੀ ਫੋਰੈਸਟ 뷰 ਕਟੇਜਸ ਫੋਰੈਸਟ 뷰 ਹਾਂ ਠੀਕ ਹੈ ਉਹ ਉਹ ਬਿਲਕੁਲ ਫੋਰੈਸਟ ਦੇ ਵਿੱਚ ਨੇ ਜੀ ਉੱਥੇ ਤੁਹਾਨੂੰ ਲੱਗੇਗਾ ਕਿ ਤੁਸੀਂ ਜੰਗਲ ਦੇ ਵਿੱਚ ਹੀ ਰਹਿ ਰਹੇ ਹੋ ਸਵੇਰੇ ਸ਼ਾਮ ਬਰਡਸ ਦੀ ਆਵਾਜ਼ ਐਨੀਮਲਸ ਦੀ ਆਵਾਜ਼ ਮੋਰਾਂ ਦੀ ਆਵਾਜ਼ ਤੁਹਾਨੂੰ ਤੁਹਾਡਾ ਦਿਨ ਫਰੈਸ਼ ਹੋ ਜਾਏਗਾ ਤੁਹਾਨੂੰ ਲੱਗੇਗਾ ਯਾਰ ਅਸੀਂ ਅਸੀਂ ਫੋਰੈਸਟ ਦੇ ਵਿੱਚ ਆਏ ਆ ਤਾਂ ਨੇਚਰ ਬਿਲਕੁਲ ਨੇਚਰ ਦੇ ਵਿੱਚ ਬੈਠੇ ਹਾਂ ਵੀ ਜਿਹੇ ਜਿਹੇ ਨਾਮ ਰੱਖਿਆ ਉਹ ਚੀਜ਼ ਮਿਲਦੀ ਹੈ ਜੀ ਉੱਥੇ ਦੇਖਣ ਨੂੰ ਬਿਲਕੁਲ ਮਿਲਦੀ ਹੈ ਫੋਰੈਸਟ 뷰 ਜਿਹੜਾ ਕਾਟੇਜ ਆ ਗਈ ਜੀ ਹਾਂਜੀ ਤੇ ਉਹਨਾਂ ਵਾਸਤੇ ਮਤਲਬ ਲੁੱਕ ਵੀ ਤੁਸੀਂ ਬਣਾਈ ਹੈ ਜੀ ਪੂਰਾ ਹੈ ਬਿਲਕੁਲ ਜੀ ਤੁਹਾਨੂੰ ਲੱਗੇਗਾ ਕਿ ਤੁਸੀਂ ਨੇਚਰ ਦੇ ਵਿੱਚੋਂ ਤੁਸੀਂ ਇੱਕ ਛੋਟਾ ਜਿਹਾ ਟਰੈਕਿੰਗ ਦਾ ਪਾਰਟ ਹੈ ਲੱਗ ਰਿਹਾ ਹੈ ਕਿ ਤੁਸੀਂ ਇੱਕ ਬ੍ਰਿਜ ਕ੍ਰਾਸ ਕਰ ਰਹੇ ਹੋ ਜੀ ਐਂਡ ਫਿਰ ਤੁਸੀਂ ਰੂਮਸ ਵੱਲ ਜਾ ਰਹੇ ਹੋ ਇਹ ਆਪਣੇ ਚੀ ਐਕਸਪੀਰੀਅੰਸ ਹੈ ਜੀ ਸਰ ਹੁਣ ਸਿਟੀ ਦੇ ਵਿੱਚ ਜਿਹੜੇ ਹੋਟਲ ਨੇ ਜੀ ਉਹ ਤਾਂ ਬਿਲਡਿੰਗ ਦੇ ਉੱਤੇ ਬਿਲਡਿੰਗ ਬਿਲਡਿੰਗ ਦੇ ਉੱਤੇ ਬਿਲਡਿੰਗ ਚੱਲ ਰਹੀ ਹੈ ਬਿਲਕੁਲ ਜੀ ਉਹ ਤਾਂ ਜਿਹੜਾ ਜਿਹਾ ਆਪਣੇ ਘਰ 'ਚ ਰਹਿਣਾ ਉਹੀ ਚੀਜ਼ ਹੈ ਬਿਲਕੁਲ ਇੱਥੇ ਤੁਹਾਡੇ ਬ੍ਰੇਕ ਹੈ ਜੀ ਹੋਰ ਤੁਸੀਂ ਬਿਲਕੁਲ ਸੈਂਟਰ ਚੋਂ ਫੋਰੈਸਟ ਦੇ ਨਾਲ ਦੇ ਨਾਲ ਤੁਹਾਨੂੰ ਜਿਹੜਾ ਫਰੈਸ਼ 에ਰ ਇੱਥੇ ਮਿਲਣੀ ਹੈ ਉਹ ਸਿਟੀ ਚ ਪੋਸੀਬਲ ਹੀ ਨਹੀਂ ਹੈ ਪੋਸੀਬਲ ਨਹੀਂ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਅੱਗੇ ਜੋ ਪੰਛੀਆਂ ਦੀ ਆਵਾਜ਼ਾਂ ਆਉਂਦੀਆਂ ਨੇ ਜਿਹੜਾ ਉਹ ਆਨੰਦ ਮਿਲਦਾ ਉਹ ਹੋਰ ਕਿਤੇ ਨਹੀਂ ਲੈ ਸਕਦੇ ਬਿਲਕੁਲ ਜੀ ਬਿਲਕੁਲ ਫੋਰੈਸਟ 뷰 ਦੇ ਵਿੱਚ ਸਾਡੇ ਕੋਲ 12 ਕਾਟੇਜਸ ਨੇ ਜੀ ਤੇ ਦੇਖੋ ਬਹੁਤ ਸੋਹਣਾ ਆਊਟਡੋਰ ਬੈਠਣ ਵਾਸਤੇ ਬਿਲਕੁਲ ਜੀ ਬਹੁਤ ਸੋਹਣਾ ਨੇਚਰਲ ਐਨਵਾਇਰਨਮੈਂਟ ਜੀ ਬਰਡਸ ਇੱਥੇ ਸਭ ਤੋਂ ਜ਼ਿਆਦਾ ਇੱਥੇ ਬਰਡਸ ਹੁੰਦੇ ਨੇ ਜੀ ਠੀਕ ਹੈ ਜੀ ਐਂਡ ਆਉ ਤੁਹਾਨੂੰ ਇੱਕ ਰੂਮ ਫੋਰੈਸਟ ਵੀਊਰ ਦਿਖਾਈਏ ਜਰੂਰ ਸਰ ਜਿਹੜੇ ਸਾਰੀ ਅ ਮੈਨਿਟੀਆਂ ਨਾਲ ਲਗਜ਼ਰੀ ਮੈਨਿਟੀਆਂ ਨਾਲ ਕੰਪਲੀਟ ਹੈਗੇ ਨੇ ਤੁਹਾਨੂੰ ਰੂਮ ਦਿਖਾਣੇ ਆ ਆਊਟਡੋਰ ਸੈਟਿੰਗ ਹੋ ਗਈ ਠੀਕ ਹੈ ਸਰ ਗੈਸ ਦਾ ਪਹਿਲਾ ਪ੍ਰਾਇਓਰਟੀ ਰਹਿੰਦੇ ਆ ਕਿ ਅਸੀਂ ਨੇਚਰ ਤੇ ਆਏ ਆ ਤਾਂ ਨੇਚਰ 'ਚ ਹੀ ਬੈਠੀਏ ਠੀਕ ਹੈ ਉਹਦੇ ਵਾਸਤੇ ਹਰੇਕ ਕਮਰੇ ਦੇ ਬਾਹਰ ਸਾਡੇ ਕੋਲ ਸਿਟਿੰਗ ਏਰੀਆ ਹੈਗਾ ਸਿਟਿੰਗ ਹੈਗਾ ਜੀ ਪਲੱਸ ਤੁਸੀਂ ਆਓ ਅਗੇ ਪ੍ਰਾਈਵੇਟ ਹੈਗਾ ਸਭ ਤੋਂ ਬਿਲਕੁਲ ਦੈਨ ਦਿਸ ਇਜ਼ ਇਹ ਤੁਹਾਡਾ ਪ੍ਰਾਈਵੇਟ ਰੂਮ ਆ ਗਿਆ ਅਗੇਨ ਮਿਨੀ ਬਾਰਸ ਟੀ ਕਾਫੀ ਮੇਕਰਸ ਜੀ ਪਲੱਸ ਤੁਹਾਡੇ ਕੋਲ ਡਿਜੀਟਲ ਯੂ نو ਲੌਕਸ ਜਿਹੜੇ ਸੇਫਟੀ ਵਾਸਤੇ ਤੁਹਾਡੇ ਬਹੁਤ ਵਧੀਆ ਨੇ ਹੈ ਨਾ ਪਲੱਸ ਤੁਹਾਡੇ ਕੋਲ ਮੈਨੂਜ਼ ਹੈਗੇ ਨੇ ਅਗਰ ਤੁਸੀਂ ਕੁਝ ਰੂਮ ਸਰਵਿਸ ਲਈ ਆਰਡਰ ਕਰਨਾ ਹੈ ਆਰਡਰ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਸਾਰੇ ਐਨੀਮਲ ਜਿਹੜੇ ਸਾਡੇ ਉਰੇ ਆਉਂਦੇ ਨੇ ਉਹਨਾਂ ਦੀ ਡਿਟੇਲਸ ਵੀ ਹੈਗੀਆਂ ਠੀਕ ਹੈ ਜੀ ਨਾਲ ਨਾਲ ਨੌਲੇਜ ਵੀ ਹੈਗੀ ਹੈ ਇਹ ਬਿਲਕੁਲ ਲੈਪਰਡ ਹੈ ਜੀ ਆ ਤੁਹਾਡਾ ਹੌਰਨਬਿਲ ਹੈ ਇਹ ਗ੍ਰੇ ਹੌਰਨਬਿਲ ਹੈ ਜੀ ਦੈਨ ਆ ਸੰਬੀ ਡੀਰ ਆ ਗਿਆ ਪੀਜੈਂਟ ਆ ਗਏ ਜੀ ਬਿਲਕੁਲ ਜੀ ਬਿਲਕੁਲ ਤੇ ਬਹੁਤ ਪੰਜਾਬ ਹੈ ਤੇ ਇਹਦੇ ਨਾਲ ਦੇ ਨਾਲ ਆਪਣੇ ਕੋਲ ਵਾਰਡਰੋਬਸ ਆ ਗਏ ਨੇ ਜੀ ਸਰ ਸੇਫ ਲੋਕਰਸ ਹੈਗੇ ਨੇ ਜੀ ਸਲੀਪਰਸ ਹੋ ਗਏ ਸ਼ੂ ਸ਼ਾਈਨਰਸ ਹੋ ਗਏ ਜੀ ਇੱਥੇ ਵਾਸ਼ਰੂਮ ਅਟੈਚ ਆ ਗਿਆ ਜੀ ਬਿਲਕੁਲ ਅਟੈਚ ਵਾਸ਼ਰੂਮ ਆ ਗਿਆ ਸਰ ਜੀ ਐਂਡ ਫੁੱਲ ਅਮੈਨਿਟੀਆਂ ਚਾਹੇ ਤੁਹਾਡੇ ਕੋਲ ਆਪਣੇ हेयर ड्रायर्स ਹੋ ਗਏ ਜੀ ਪਲਸ ਸ਼ੈਂਪੂਸ ਹੋ ਗਏ ਡੈਂਟਲ ਕਿਟਸ ਹੋ ਗਿਆ ਕੌਮਸ ਹੋ ਗਿਆ ਜੀ ਦੈਨ ਇਹਦੇ ਵਾਸਤੇ ਵੀ ਬੜਾ ਯੂਨਿਕ ਪਾਰਟ ਹੈ ਕਿ ਓਪਨ ਟੂ 에ਅਰ ਹੈ ਜੀ ਤੁਹਾਨੂੰ ਨੈਚੁਰਲ এনवायरमेंट ਚਾਹੇ ਬਾਥਰੂਮ ਚੋਂ ਤੁਹਾਨੂੰ ਇਹ ਵੀ ਨਜ਼ਰ ਆਉਂਦਾ ਹੈ ਠੀਕ ਹੈ ਜੀ ਤਾਂ ਕਿ ਤੁਹਾਨੂੰ ਬੰਗ ਫੋਰੈਸਟ 뷰 ਮਿਲੇ ਮਤਲਬ ਇਹ ਹੈ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਸਰ ਹਾਂਜੀ ਸਰ ਹੁਣ ਇਹ ਕਿਹੜੇ ਏਰੀਆ ਚ ਆ ਗਏ ਆਪਾਂ ਜੀ ਅਸੀਂ ਕਿਕਰ ਲॉज ਦੇ ਵਿੱਚ ਡ੍ਰੀਮ ਲਗਜ਼ਰੀ ਟੈਂਟਸ ਦੇ ਤਰਫ ਹੈਗੇ ਆ ਠੀਕ ਹੈ ਸਰ ਇੱਥੇ ਜਿਹੜੇ ਗੈਸਟ ਆਉਂਦੇ ਨੇ ਇੱਕ ਤਾਂ ਪੂਲ ਬਿਲਕੁਲ ਸੈਂਟਰਲਾਈਜ਼ਡ ਹੈ ਜੀ ਸਰ ਸਾਹਮਣੇ ਸਾਡੇ ਟੈਂਟਸ ਹੈਗੇ ਨੇ ਨਾਲ ਵਿੱਚ ਪੂਲ ਹੈ ਠੀਕ ਹੈ ਸਰ ਐਂਡ ਤੁਸੀਂ ਨੇਚਰ ਇੰਨਾ ਵਧੀਆ ਇੱਥੇ ਕਿ ਅਗਰ ਅਸੀਂ ਚੁੱਪ ਕਰ ਜਾਈਏ 2 ਮਿੰਟ ਲਈ ਤਾਂ ਸਾਨੂੰ ਬਰਡਸ ਦੇ ਸਵਾਏ ਹਵਾ ਦੇ ਸਵਾਏ ਕੁਝ ਨਹੀਂ ਸੁਣਨਾ ਹੁੰਦਾ ਜੀ ਕਿਉਂਕਿ ਕੋਈ ਗੱਡੀ ਨਹੀਂ ਆਣੀ ਕੋਈ ਪੋਲੂਸ਼ਨ ਨਹੀਂ ਹੋਣਾ ਕੋਈ ਅਦਰਵਾਈਜ਼ ਡਿਸਟਰਬੈਂਸ ਨਹੀਂ ਹੈ ਇੱਥੇ ਐਨੀਮਲਸ ਬਰਡਸ ਐਂਡ ਹਵਾ ਜੀ ਆਓ ਤੁਹਾਨੂੰ ਇੱਕ ਹੋਰ ਕੈਟਾਗਰੀ ਦਾ ਰੂਮ ਦਿਖਾਈਏ ਪਲੀਜ਼ ਆਓ ਜੀ ਸਰ ਜੀ ਸਰ ਇਹ ਸਾਡੇ ਲਗਜ਼ਰੀ ਟੈਂਟਸ ਨੇ ਜੀ ਟੈਂਟਸ ਦੇ ਵਿੱਚ ਕੈਨੂ ਟੈਂਟ ਨੇ ਅਦਰਵਾਈਜ਼ ਇਹਨਾਂ ਦੇ ਵਿੱਚ ਵੀ ਆਪਣੇ ਕੋਲ ਅ 3 ਟਾਂ ਦਾ ਕਨਵਰਟੇਬਲ AC ਹੀਟਰਸ ਜੀ ਸਰ ਪਲੱਸ ਆਪਣੇ ਕੋਲ ਬਹੁਤ ਲਵਿਸ਼ ਬੈਡਰੂਮਸ ਕੀ ਬਾਤ ਹੈ ਜੀ ਪਲੱਸ ਇਹਨਾਂ ਦੇ ਵੀ ਵਾਸ਼ਰੂਮਸ ਬਹੁਤ ਸੋਹਣੇ ਨੇ ਜੀ ਆਓ ਤੁਸੀਂ ਪਲੀਜ਼ ਉਹਨੂੰ ਦੇਖੋ ਤੁਸੀਂ ਜਰੂਰ ਸਰ ਜਰੂਰ ਵਰੂਮ ਦਿਖਾ ਦिए ਤੇ ਮਤਲਬ ਵੀ ਬਹੁਤ ਜਿਆਦਾ ਵਧੀਆ ਬਣਿਆ ਹੋਇਆ ਜੀ ਇੱਕ ਇੱਕ ਚੀਜ਼ ਦਾ ਡਿਜ਼ਾਈਨ ਪ੍ਰੋਪਰ ਡਿਜ਼ਾਈਨ ਕੀਤੇ ਹੋਏ ਨੇ ਤੇ ਮਰ ਫੈਮਿਲੀ ਨਾਲ ਜਿਵੇਂ ਆਉਣਾ ਤੁਸੀਂ ਮਰ ਹਰ ਇੱਕ ਨੀਡ ਪੂਰੀ ਹੋ ਜਾਂਦੀ ਹੈ ਜੀ ਹਾਂਜੀ ਸਰ ਇਹ ਬਾਥਰੂਮ ਦੇ ਵਿੱਚ ਵੀ ਪੂਰੀ ਮਤਲਬ ਜਾਣ ਲਈ ਪਈਆ ਤੇ ਕਿਕਰ ਲੋਜ ਦਾ ਬਾਕੀ ਕਮਾਲ ਕੀਤਾ ਪਏ ਥੈਂਕ ਯੂ ਥੈਂਕ ਯੂ ਤੇ ਸਭ ਤੋਂ ਇਹ ਬੈਸਟ ਚ ਆ ਗਿਆ ਨਾ ਜੀ ਸਾਰਿਆਂ ਤੋਂ ਬਿਲਕੁਲ ਇਹ ਸਭ ਤੋਂ ਟੌਪ ਲਾਈਨ ਹੈ ਜੀ ਟੌਪ ਲਾਈਨ ਜੀ ਤੇ ਦੇਖੋ ਦੋਸਤੋ ਤੁਸੀਂ ਵੀ ਕਿਤੇ ਗਏ ਹੋਣੇ ਟੈਂਟਾਂ ਚ ਪਰ ਦੋ ਮੈਨੂੰ ਨਹੀਂ ਲੱਗਦਾ ਇੰਨੇ ਜ਼ਿਆਦਾ ਵਧੀਆ ਜਿਵੇਂ ਜਾਣਦੇ ਆਪਾਂ ਆਰਜੀ ਗਾਰੰਟੀ ਮਿਲਦੇ ਨੇ ਪਰ ਇੱਥੇ ਇੱਕ ਆਰਜੀ ਨੇਗਾ ਇੱਥੇ ਤਾਂ ਇੱਕ ਜਿਵੇਂ ਪਹਿਲਾਂ ਰਾਇਲ ਲੁੱਕ ਦਿੱਤੀ ਹੋਇਆ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ ਜੀ ਐਂਡ ਜਿਹੜੇ ਆਪਾਂ ਪਹਿਲੇ ਵੀ ਗੱਲ ਕੀਤੀ ਇੱਕ ਵਾਰ ਮੈਂ ਰਿਪੀਟ ਕਰੂੰਗਾ ਜਿਹੜੇ ਸਰੋਤੇ ਨੇ ਜੀ ਕੀ ਤੁਸੀਂ ਟੈਂਟ ਤੋਂ ਬਾਹਰ ਨਿਕਲ ਰਹੇ ਹੋ ਸਾਹਮਣੇ ਪੂਲ ਆ ਗਿਆ ਆਪਣੇ ਜੀ ਬਿਲਕੁਲ ਸਾਹਮਣੇ ਪੂਲ ਆ ਗਿਆ ਜੀ ਉਦੋਂ ਸਾਹਮਣੇ ਜੀ ਪਹਾੜੀਆਂ ਆ ਗਈਆਂ ਬਿਲਕੁਲ ਜੀ ਐਂਡ ਇੱਕ ਬਹੁਤ ਵੱਡਾ ਪੁਆਇੰਟ ਜਿਹੜਾ ਮੈਂ ਮਿਸ ਨਹੀਂ ਕਰਨਾ ਚਾਹੁੰਦਾ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਰੇ ਸੀਗੇ ਰਿਜ਼ੋਰਟ ਬਣਨ ਤੋਂ ਪਹਿਲੇ ਜਦ ਉਹਨਾਂ ਦੇ ਟਾਈਮ ਤੇ ਉਹ ਬਸ ਇਸ ਪਹਾੜੀ ਦੇ ਮਗਰ ਸਾਡੇ ਗੁਰਦੁਆਰਾ ਚੇਰੀ ਸਾਹਿਬ ਜੀ ਠੀਕ ਹੈ ਉਰੇ ਸੀਗੇ ਤੇ ਉਹਨਾਂ ਦੀ ਬlesing ਨਾਲ ਅੱਜ ਅਸੀਂ ਇਹਨਾਂ ਵੱਡੇ ਏਰੀਆ ਡਿਵੈਲਪ ਕਰ ਪਾਏ ਆ ਠੀਕ ਹੈ ਜੀ ਉਹਨਾਂ ਦੀ ਬLESING ਨਾ ਹੋਵੇ ਤਾਂ ਇਹ ਕਰਨਾ ਬਹੁਤ ਔਖਾ ਹੈ ਜੀ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈ ਵੀ ਜੋ ਵੀ ਵੀਰ ਆਉਂਦੇ ਨੇ ਪੂਰੇ ਪੰਜਾਬ ਚੋਂ ਇੱਕ ਮਤਲਬ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕਿ ਕੀ ਏਰੀਆ ਪਾਇਆ ਜਾਂਦਾ ਇਹਦਾ ਨਾਲ ਗੁਰਦੁਆਰਾ ਸਾਹਿਬ ਦਾ ਆਪਣੇ ਵੈਸੇ ਤਾਂ ਇਹਦਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਚਿਰੀ ਸਾਹਿਬ ਚਿਰੀ ਸਾਹਿਬ ਅਦਰਵਾਇਜ਼ ਅਗਰ ਮੋਟਾ-ਮੋਟਾ ਦੇਖਿਆ ਜਾਵੇ ਸਾਰੇ ਲੋਕੀ ਜਿਹੜੇ ਦੂਰੋਂ ਵੀ ਆਉਣਾ ਚਾਹ ਰਹੇ ਨੇ ਆਪਾਂ ਅਨੰਦਪੁਰ ਸਾਹਿਬ ਤੋਂ 22 ਕਿਲੋਮੀਟਰ ਆ ਕਿਰਨਪੁਰ ਸਾਹਿਬ ਤੋਂ 18 ਕਿਲੋਮੀਟਰ ਐਂਡ ਅਸੀਂ ਬਿਲਕੁਲ ਜਿਵੇਂ ਪਹਿਲੇ ਵੀ ਮੈਂ ਕਿਹਾ ਕਿ ਪੰਜਾਬ ਦੇ ਸੈਂਟਰ 'ਚ ਬੈਠੇ ਆ ਸੀ ਠੀਕ ਆ ਸਰ ਸਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੇ ਬਹੁਤ ਵਧੀਆ ਲੱਗਿਆ ਟੈਂਟਸ ਵੀ ਰੂਮ ਵੀ ਬਹੁਤ ਕਲੀਨਨੈਸ ਐ ਤੇ ਸਭ ਤੋਂ ਵਧੀਆ ਗੱਲ ਆ ਵੀ ਕੁਦਰਤ ਨਾਲ ਜੁੜਿਆ ਹੋਇਆ ਜੀ ਤੇ ਹੁਣ ਜੇ ਐਂਡ ਤੇ ਗੱਲ ਕਰੀਏ ਸਰ ਆਪਾਂ ਆਖਰੀ ਪੜਾਤਿਆਂ ਵੀਡੀਓ ਦੇ ਤੇ ਖਾਣ ਪੀਣ ਸਭ ਤੋਂ ਜ਼ਰੂਰੀ ਹੁੰਦਾ ਵੈਜ ਨਾਣ ਵੈਜ ਸਭ ਕੁਝ ਮਤਲਬ ਉਹਦੀ ਵੀ ਜਾਣਕਾਰੀ ਦੇ ਦਿੱਤੀ ਜੀ ਕਾਂਪੀਨ ਵਾਸਤੇ ਸਾਡੇ ਕੋਲ ਮਲਟੀ ਕੁਜ਼ੀਨ ਰੈਸਟੋਰੈਂਟ ਜੀ ਬਿਲਕੁਲ ਪੂਲ ਦੇ ਨਾਲ ਆਪਣੇ ਇੱਥੇ ਮਲਟੀ ਕੁਜ਼ੀਨ ਰੈਸਟੋਰੈਂਟ ਜੀ ਇਹਦੇ ਵਿੱਚ ਚਾਈਨੀਜ਼ ਇੰਡੀਅਨ ਕੰਟੀਨੈਂਟਲ ਥਾਈ ਫੂਡ ਮਿਲੇਗਾ ਪਲੱਸ ਸਾਡੇ ਕੋਲ ਸਾਡਾ 바ਰ ਹੈਗਾ ਜਿਹਦੇ ਵਿੱਚ ਸਾਰੀ ਮੋਕਟੇਲ ਕੋਕਟੇਲ ਬੀਅਰ ਡਰਾਟ ਬੀਅਰ ਸਾਰੀ ਅਵੇਲੇਬਲ ਹੈ ਐਂਡ ਇਹ ਸਾਰੇ ਜਿਹੜੇ ਆਪਣੇ ਫੋਰਨ ਗੈਸਟ ਆ ਰਹੇ ਜਾਂ ਇੰਡੀਅਨ ਗੈਸਟ ਆ ਰਹੇ ਉਹਨਾਂ ਵਾਸਤੇ ఎవਰੀਥਿੰਗ ਇਜ਼ ਅਵੇਲੇਬਲ ਠੀਕ ਹੈ ਜੀ ਮਤਲਬ ਸਭ ਲਈ ਮਤਲਬ ਜੋ ਵੀ ਉਹਨਾਂ ਨੇ ਲੈਣਾ ਮਿਲ ਜਾਂਦਾ ਜੀ ਹਾਂਜੀ ਹਾਂਜੀ ਜੇ ਕਹਦੀਏ ਕਈ ਵਾਰ ਹੁੰਦਾ ਨੇ ਜੀ ਕੋਈ ਵੀ ਆਉਣਾ ਚਾਹੁੰਦਾ ਹੈ ਫੈਮਿਲੀ ਨਾਲ ਵੀ ਕਿਤੇ ਯਾਰ ਜੰਗਲ 'ਚ ਮੈਨੂੰ ਆਹ ਚੀਜ਼ ਨਹੀਂ ਮਿਲਨੀ ਪਰ ਉਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਆਪਣੇ ਕੋਲ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਐਂਡ ਲੋਕੀ ਮੇਰੇ ਖਿਆਲ ਨਾਲ ਇੱਥੇ ਜ਼ਿਆਦਾ ਇੰਜੋਏ ਕਰਦੇ ਨੇ ਉਹਨੂੰ ਗੱਲ ਨੂੰ ਕਿਉਂਕਿ ਖੁੱਲਾਪਨ ਹੈ ਥੋੜਾ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਕਿ ਬਿਲਕੁਲ ਫੋਰੈਸ ਦੇ ਵਿੱਚ ਬੈਠੇ ਆ ਜੀ ਉਹਦੇ ਵਿੱਚ ਸਾਰੀ ਫੈਸਿਲਿਟੀ ਮਿਲ ਰਹੀ ਹੈ ਇਹ ਆਪਣੇ ਜੀ ਬਹੁਤ ਇੰਪੋਰਟੈਂਟ ਬਿਲਕੁਲ ਸਰ ਤੇ ਸਰ ਇੱਕ ਅਖੀਰ ਤੇ ਗੱਲ ਕਰੀਏ ਮੇਨ ਜਿਵੇਂ ਹੁਣ ਮੇਰੀ ਵੀ ਗੁੜੀ ਇਹ ਨਾਲ ਬੱਚਿਆਂ ਲਈ ਕਿਹੜੀਆਂ ਕਿਹੜੀਆਂ ਐਕਟੀਵਿਟੀਆਂ ਨੇ ਬੱਚਿਆਂ ਵਾਸਤੇ ਸਾਡੇ ਕੋਲ ਬਹੁਤ ਸਾਰੀ ਗੇਮਸ ਨੇ ਜਿਵੇਂ ਬਰਮਾ ਬ੍ਰਿਜ ਹੋ ਗਿਆ ਆਪਣੇ ਕੋਲ ਟਾਇਰ ਵਾਲ ਹੋ ਗਈ ਆਪਣੇ ਕੋਲ ਆਪਣੇ ਨੈਟ ਹੋ ਗਿਆ ਜੀ ਫਿਰ ਆਪਣੇ ਕੋਲ ਮਨੀ ਜ਼ਿਪਲਾਈਨ ਹੋਗੀ ਜਿਹਨੂੰ ਅਸੀਂ ਵੈਲੀ ਕ੍ਰਾਸਿੰਗ ਕਹਿੰਦੇ ਆ ਇਹ ਇਹ ਤਾਂ ਛੋਟੇ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਹੋਰ ਇਨਡੋਰ ਗੇਮਸ ਵੀ ਹੈਗੀਆਂ ਜਿਵੇਂ ਟੇਬਲ ਟੈਨਿਸ ਹੋ ਗਿਆ ਚੈਸ ਹੋ ਗਈ ਕੈਰਮ ਬੋਰਡ ਹੋ ਗਿਆ ਪੂਲ ਟੇਬਲ ਹੋ ਗਿਆ ਪਲੱਸ ਸਾਡੇ ਕੋਲ ਆਊਟਡੋਰ ਗੇਮਸ ਵੀ ਹੈਗੀਆਂ ਜਿਵੇਂ ਡੈਡੀਕੇਟਿਡ ਉਹਦੇ ਕੋਰਸਸ ਬਣੇ ਹੋਏ ਨੇ ਬੈਡਮਿੰਟਨ ਹੋ ਗਿਆ ਵਾਲੀਬਾਲ ਹੋ ਗਿਆ ਹਾਰਸਸ ਹੋ ਗਏ 5 ਹਾਰਸਸ ਹੈਗੇ ਨੇ ਸਾਡੇ ਕੋਲ ਇਦੇ ਸਿਵਾਏ ਸਾਡੇ ਕੋਲ ਜਿਹੜੇ ਕੋਰਪੋਰੇਟ ਆਉਂਦੇ ਨੇ ਉਹਨਾਂ ਕੋਲ ਅਸੀਂ ਗੇਮ ਪਲਾਨ ਕਰਦੇ ਹਾਂ ਉਹਨਾਂ ਦਾ ਹਾਈਕਿੰਗ ਹੋ ਗਿਆ ਪਲੱਸ ਆਪਣੇ ਕੋਲ ਕ੍ਰਿਕਟ ਹੋ ਗਿਆ ਹਾਈਕਿੰਗ ਹੋ ਗਈ ਉਹਦੇ ਸਿਵਾਏ ਟੱਗ ਆਫ ਵਾਰ ਹੋ ਗਈ ਸੋ ਜਿਹੜੇ ਕੋਰਪੋਰੇਟਸ ਹੈ ਬੱਚੇ ਆ ਅਸੀਂ ਹਰੇਕ ਏਜ ਗਰੁੱਪ ਨੂੰ ਮਾਨੀਟਰ ਕਰਕੇ ਗੇਮਸ ਰੱਖਿਆ ਮਤਲਬ ਜੇ ਕੋਈ ਕੈਦੀ ਜੀ ਕੋਈ ਕੋਰਪੋਰੇਟ ਮਤਲਬ ਆਪਣੀ ਪਾਰਟੀ ਕਰਨਾ ਚਾਹੁੰਦਾ ਹੈ ਜਾਂ ਕਹਿੰਦੇ ਹੁੰਦੇ ਜਿਵੇਂ ਐਪਰੀਸ਼ੀਏਸ਼ਨ ਪਾਰਟੀ ਕਰਦਾ ਹੈ ਤਾਂ ਉਹ ਵੀ ਆਪਣੇ ਕੋਲ अवेलेबल ਹੈ ਵੀ ਕਾਨਫਰੈਂਸ ਵਗੈਰਾ ਜਿਹਨੂੰ ਬਿਲਕੁਲ ਜੀ ਕਾਨਫਰੈਂਸ ਹਾਲ ਵੀ अवेलेबल ਹੈ ਉਹਦੇ ਉਹਦੇ ਨਾਲ-ਨਾਲ ਜਨਰਲੀ ਲੋਕ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦਾ ਸਿਸਟਮ ਐ ਰਹਿਦਾ ਹੈ ਕਿ ਇੱਕ ਦਿਨ ਕਾਨਫਰੈਂਸ ਚ ਲਾਂਦੇ ਨੇ ਇੱਕ ਦਿਨ ਪੂਰਾ ਗੇਮਸ ਚ ਲਾਂਦੇ ਨੇ ਐਂਟਰਟੇਨਮੈਂਟ ਦੇ ਲਾਂਦੇ ਨੇ ਫਿਰ ਸਾਡੇ ਕੋਲ ਕੁਝ ਐਕਸਟਰਾ ਹੋਰ ਐਕਟੀਵਿਟੀਆਂ ਹੈ ਜਿਹੜੀ ਸਾਊਥ-ਈਸਟ ਏਸ਼ੀਆ ਦੀ ਸਭ ਤੋਂ ਵੱਡੀ ਜ਼ਿਪਲਾਈਨ ਸਾਡੇ ਕੋਲ ਹੈਗੀ ਹੈ ਸਾਡੇ ਕੋਲ ਸਕਵਾਡ ਬਾਈਕਸ ਹੈਗੇ ਨੇ ਇੱਥੇ ਸਾਡੇ ਕੋਲ ਫੋਰੈਸਟ ਸਫਾਰੀਸ ਹੈਗੇ ਨੇ ਬਾਈਸਾਈਕਲ ਹੈਗੇ ਨੇ ਜੀ ਦੇ ਜਿਹੜਾ ਬੰਦਾ ਇੱਥੇ ਆ ਗਿਆ ਉਹਦੇ ਲਈ ਇਟ ਇਜ਼ ਅ ਟ੍ਰੀਟ ਚਾਹੇ ਉਹਨੇ ਫੋਰੈਸਟ ਨੂੰ ਦੇਖਣਾ ਚਾਹੇ ਉਹਨੇ ਨੇਚਰ ਨੂੰ ਦੇਖਣਾ ਚਾਹੇ ਉਹਨੇ ਐਕਟੀਵਿਟੀਜ਼ ਯੂਟਿਲਾਈਜ਼ ਕਰਨੀਆਂ ਤਿੰਨ ਸਵਿਮਿੰਗ ਪੂਲ ਨੇ ਗਰਮੀਆਂ ਦੇ ਮੌਸਮ ਤਾਂ ਇਟ ਇਜ਼ ਅ ਹੈਵਨ ਔਨ ਅਰਥ ਜੀ ਤੇ ਸਾਰਾ ਅਖੀਰ ਤੇ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਜੇ ਬੁਕਿੰਗ ਕਰਾਉਣਾ ਕਿਸੇ ਨੇ ਤਾਂ ਕੀ ਮਾਧਿਅਮ ਨੇ ਬੁਕਿੰਗ ਵਾਸਤੇ ਤੁਸੀਂ ਡਾਇਰੈਕਟ ਸਾਡੇ ਡੈਲੀ ਸੇਲਜ਼ ਆਫਿਸ ਦਾ ਨੰਬਰ ਵੈਬਸਾਈਟ ਤੇ ਹੈਗੇ ਨੇ ਪੰਜਾਬ ਸੇਲਜ਼ ਆਫਿਸ ਦਾ ਨੰਬਰ ਵੈਬਸਾਈਟ ਤੇ ਹੈਗੇ ਨੇ ਜਾਂ ਤੁਸੀਂ ਗੋਆਈ ਵੀ ਬੋਦੀ ਤਰਫੋਂ ਆ ਰਹੇ ਹੋ ਮੇਕ ਮਾਈ ਟ੍ਰਿਪ ਦੀ ਤਰਫੋਂ ਬੁੱਕ ਕਰਾ ਰਹੇ ਹੋ ਸੋ ਬਹੁਤ ਸਾਰੇ ਚੈਨਲਸ ਨੇ ਜਿੱਥੇ ਤੁਸੀਂ ਬੁੱਕ ਕਰਾ ਸਕਦੇ ਹੋ ਜਾਂ ਤੁਸੀਂ ਮੇਰਾ ਆਪ ਦਾ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ 9876044041 ਜੀ ਸੋ ਤੁਸੀਂ ਮੈਨੂੰ ਵੀ ਫੋਨ ਕਰ ਸਕਦੇ ਹੋ ਡਾਇਰੈਕਟ ਆਪਾਂ ਬੁਕਿੰਗ ਕਰ ਸਕਦੇ ਆ ਆਪਾਂ ਡੈਸਟੀਨੇਸ਼ਨ ਵੈਡਿੰਗਸ ਵੀ ਇੱਥੇ ਹੋਲਡ ਕਰਦੇ ਆ ਡੈਸਟੀਨੇਸ਼ਨ ਵੈਡਿੰਗਸ ਆ ਸਾਡੇ ਕੋਲ ਬਹੁਤ ਸੋਹਣੇ ਲੌਂਜ਼ ਨੇ ਜੀ ਦੋ ਲੌਂਜ਼ ਐ ਬਹੁਤ ਵੱਡੇ 100 ਤੋਂ ਲੈ ਕੇ 300 400 ਬੰਦਾ ਤੱਕ ਅਸੀਂ ਇੱਥੇ ਵੈਡ ਡੈਸਟੀਨੇਸ਼ਨ ਵੈਡਿੰਗ ਕਰ ਸਕਦੇ ਆ ਜੀ ਕਮਾਲ ਐ ਜੀ ਤੇ ਸਰ ਬਹੁਤ ਬਹੁਤ ਧੰਨਵਾਦ ਅਖੀਰ ਤੇ ਦਰਸ਼ਕਾਂ ਨੂੰ ਆਪਾਂ ਅਡਰੈਸ ਜ਼ਰੂਰ ਦੱਸ ਦਿਓ ਦੁਬਾਰਾ ਤੁਸੀਂ ਪੰਜਾਬ ਤੋਂ ਕਿਤੇ ਵੀ ਨੂਰਪੁਰ ਆਪਣੇ ਰੋਪੜ ਪਹੁੰਚਣਾ ਹੈ ਰੋਪੜ ਤੋਂ ਨੂਰਪੁਰ ਬੇਦੀ 26 ਕਿਲੋਮੀਟਰ ਐ 26 ਕਿਲੋਮੀਟਰ ਤੋਂ Yes. Thank you, sir. Thank you. Thank you.